ਦੇ ਵਾਸਤੇ ਸਾਡੇ ਤੁਹਾਡੇ ਵਿੱਚੋਂ ਵਿਅਕਤੀ ਪੈਦਾ ਕਰ ਦਿੱਤੇ। ਅਸੀਂ ਕੱਲ ਗੱਲ ਕੀਤੀ ਸੀ ਗੰਗੂ ਬ੍ਰਾਹਮਣ ਦੀ, ਪਰ ਜੇ ਤੁਸੀਂ ਤਵਾਰਿਕ ਪੜੋਗੇ ਗੰਗੂ ਨਾਮ ਦੇ ਬੰਦੇ ਹੋਰ ਵੀ ਗੁਰੂ ਘਰ ਵਿੱਚ ਹੋਏ ਨੇ, ਮੈਂ ਉਹਨਾਂ ਦਾ ਵੀ ਥੋੜ੍ਹਾ ਜ਼ਿਕਰ ਕਰਦਾ, ਕਿਉਂਕਿ ਗੰਗੂ ਬ੍ਰਾਹਮਣ ਨੂੰ ਅਸੀਂ ਇੰਨੀਆਂ ਕਲਾਂਤਾਂ ਪਾਤੀਆਂ ਕਿ ਉਹ ਬਾਕੀ ਭੁੱਲ ਹੀ ਗਏ ਸਾਨੂੰ। ਇੱਕ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸਿੱਖ ਹੋਇਆ ਗੰਗੂ ਸ਼ਾਹ, ਇਹਦਾ ਕੋਈ ਕੰਮ ਕਾਰ ਨਹੀਂ ਚੱਲਦਾ ਸੀ ਅਤੇ ਆ ਕੇ ਕਹਿੰਦਾ ਪਾਤਸ਼ਾਹ ਮਿਹਰ ਕਰੋ, ਅਤੇ ਸਤਿਗੁਰੂ ਕਹਿੰਦੇ ਤੂੰ ਦਿੱਲੀ ਜਾ ਅਤੇ ਹੁੰਡੀ ਦਾ ਕਾਰੋਬਾਰ ਸ਼ੁਰੂ ਕਰ, ਹੁੰਡੀ ਦਾ ਕਾਰੋਬਾਰ ਪੈਸੇ ਦਾ ਲੈਣ ਦੇਣ, ਜਿਵੇਂ ਅੱਜ ਕੱਲ੍ਹ ਤੁਸੀਂ ਭਾਈ ਸਾਹਿਬ ਗੁਰਦਾਸ ਕਹਿੰਦੇ ਜੈਸੇ ਬਰ ਬਾਂਧੇ ਖੁੰਡੀ ਲਾਗਤ ਨਾ ਭਾਰ ਕਛੂ, ਚੈੱਕ ਲੈ ਲਓ ਤੁਸੀਂ ਜਾਂ ਡਰਾਫਟ ਲੈ ਲਓ ਕਰੋੜਾਂ ਰੁਪਈਆਂ ਦਾ ਲੈ ਲਓ, ਉਹਦਾ ਕਿਹੜਾ ਭਾਰ ਹੈ, ਪਰ ਜਦੋਂ ਜਾ ਕੇ ਕੈਸ਼ ਕਰਾਉਂਗੇ ਫਿਰ ਤੁਹਾਨੂੰ ਸੋਚਣਾ ਪਏਗਾ ਵੀ ਇਹ ਪੈਸਾ ਹੁਣ ਮੈਂ ਕਿਵੇਂ ਸਾਂਭ ਕੇ ਲੈ ਕੇ ਜਾਵਾਂ। ਅਤੇ ਸਾਹਿਬ ਨੇ ਇੱਕ ਗੱਲ ਕਹੀ ਸੀ ਵੀ ਵਪਾਰ ਤੇ ਤੂੰ ਕਰ, ਕਿਰਤ ਤੇ ਤੂੰ ਕਰ, ਪਰ ਵੰਡ ਛਕਣਾ ਤੇ ਨਾਮ ਜਪਣਾ ਨਾ ਭੁੱਲ। ਜਿਵੇਂ ਜਿਵੇਂ ਸਾਡੇ ਕੋਲ ਮਾਇਆ ਵੱਧ ਜਾਂਦੀ ਹੈ, ਜਿੰਨਾ ਮਰਜ਼ੀ ਜ਼ੋਰ ਲਾਈਏ ਗੁਰੂ ਵਾਲੇ ਪਾਸੇ ਤੋਂ ਅਸੀਂ ਬੇਮੁੱਖ ਹੁੰਦੇ ਜਾਂਦੇ ਹਾਂ, ਕੁਦਰਤੀ ਮਾਇਆ ਦਾ ਪ੍ਰਭਾਵ ਹੀ ਐਸਾ। ਇੱਕ ਸਿੱਖ ਆਇਆ ਕਹਿੰਦਾ ਪਾਤਸ਼ਾਹ ਮੇਰੀ ਬੱਚੀ ਦਾ ਵਿਆਹ ਹੈ, ਦਿੱਲੀਓਂ ਆਇਆ ਸੀ ਉਹ ਵੀ, ਅਤੇ ਪਾਤਸ਼ਾਹ ਨੇ ਕਿਹਾ ਕੋਈ ਨਾ ਭਾਈ ਸਾਡਾ ਦਿੱਲੀ ਸਿੱਖ ਹੈ ਗੰਗੂ ਸ਼ਾਹ, ਅਤੇ ਉਹਦੇ ਕੋਲ ਚਲਾ ਜਾ। ਜਦੋਂ ਉਹਦੇ ਕੋਲ ਗਿਆ ਕਹਿੰਦਾ ਵੀ ਅਮਰਦਾਸ ਸਾਹਿਬ ਜੀ ਨੇ ਘੱਲਿਆ, ਉਹ ਆਪਣੀਆਂ ਬਹੀਆਂ ਬੁਹੀਆਂ ਦੇਖ ਕੇ ਕਹਿੰਦਾ ਵੀ ਮੈਂ ਕਿਸੇ ਅਮਰਦਾਸ ਜੀ ਨੂੰ ਨਹੀਂ ਜਾਣਦਾ, ਕਿਉਂਕਿ ਮੇਰੇ ਬਈ ਖਾਤੇ 'ਚ ਅਮਰਦਾਸ ਨਾਮ ਦਾ ਕੋਈ ਵਿਅਕਤੀ ਹੈ ਹੀ ਨਹੀਂ। ਚਲੋ, ਉਹਨੇ ਫਿਰ ਪਾਤਸ਼ਾਹ ਅੱਗੇ ਬੇਨਤੀ ਕੀਤੀ, ਪਾਤਸ਼ਾਹ ਕਹਿੰਦੇ ਕੋਈ ਨਾ ਭਾਈ ਤੂੰ ਆਪਣਾ ਕੰਮ ਚਲਾ, ਗੰਗੂ ਨੂੰ ਅਸੀਂ ਆਪੇ ਨਜਿੱਠ ਲਾਂਗੇ। ਜੇ ਗੁਰੂ ਦੇਣਾ ਜਾਣਦਾ ਤਾਂ ਗੁਰੂ ਲੈਣਾ ਵੀ ਜਾਣਦਾ, ਖਿਆਲ ਰੱਖਣਾ। ਜੇ ਗੁਰੂ ਸਬਕ ਦੇਣਾ ਜਾਣਦਾ ਤਾਂ ਗੁਰੂ ਸਬਕ ਪੱਕਾ ਵੀ ਕਰਾਉਣਾ ਜਾਣਦਾ, ਵੀ ਕਿਵੇਂ ਕਰਵਾਉਣਾ ਪੱਕਾ, ਖਿਆਲ ਰੱਖ। ਹੁਣ ਫਿਰ ਕੀ ਹੋਇਆ ਜੀ, ਗੰਗੂ ਸ਼ਾਹ ਤੋਂ ਗੰਗੂ ਰਾਮ ਬਣ ਗਏ, ਕਿਉਂਕਿ ਮਾਇਆ ਤੇਰੇ ਤੀਵ ਨਾਮ ਪਰਸੂ ਪਰਸਾ ਪਰਸ ਰਾਮ। ਅੱਛਾ, ਜਦੋਂ ਫਿਰ ਬੰਦਾ ਥੱਲੇ ਆਉਂਦਾ ਨਾ, ਫਿਰ ਬਹਿ ਕੇ ਸੋਚਦਾ ਵੀ ਮੇਰੇ ਤੋਂ ਨਾ ਕਿੱਥੇ ਗਲਤੀ ਹੋ ਗਈ, ਕਿਤੇ ਨਾ ਕਿਤੇ ਮੇਰੇ ਤੋਂ ਉਣਤਾਈ ਰਹੀ ਹੈ। ਅਤੇ ਜਦੋਂ ਫਿਰ ਬੰਦਾ ਆਪਣੀਆਂ ਉਣਤਾਈਆਂ ਲੱਭਦਾ ਤਾਂ ਫਿਰ ਕੀ ਕਹਿੰਦਾ ਕਿ ਸਤਿਗੁਰ ਨੇ ਕਿਹਾ ਸੀ ਵੀ ਕਿਰਤ ਦੇ ਨਾਲ ਨਾਲ ਨਾਮ ਜਪਣਾ ਅਤੇ ਵੰਡ ਛਕਣਾ ਨਾ ਭੁੱਲਣਾ। ਮੈਂ ਤਾਂ ਵਿਸਾਰ ਬੈਠਾ, ਚਲੋ ਜੀ ਹੁਣ ਆ ਗਿਆ ਵਾਪਸ ਗੋਇੰਦਵਾਲ, ਹੁਣ ਕਿਹੜੇ ਮੂੰਹ ਦੇ ਨਾਲ ਗੁਰੂ ਦੇ ਸਾਹਮਣੇ ਆਵੇ, ਗੁਰੂ ਦੇ ਸਾਹਮਣੇ ਆਇਆ ਹੀ ਨਹੀਂ। ਪਤਾ ਕਿੱਥੇ ਗਿਆ, ਲੰਗਰ ਵਿੱਚ ਜਾ ਕੇ ਸੇਵਾ ਕਰਨੀ ਸ਼ੁਰੂ ਕਰਤੀ ਵੀ ਜਿੱਦਣ ਸ਼ਕਲ ਦਿਖਾਉਣ ਜੋਗੇ ਹੋਵਾਂਗੇ ਦਿਖਾ ਦਿਆਂਗੇ, ਸੇਵਾ ਕਰੀਏ। ਲੋ ਜੀ ਸੇਵਾ ਕਰਦਾ ਰਿਹਾ, ਇੱਕ ਦਿਨ ਨਾ ਆਟਾ ਗੁੰਨ ਰਿਹਾ ਸੀ, ਅਮਰਦਾਸ ਜੀ ਲੰਗਰ 'ਚ ਆ ਗਏ। ਹੁਣ ਕਿੱਥੇ ਭੱਜੇਗਾ, ਹੁਣ ਸਿਆਮੋ ਸਾਹਮਣੇ ਟਾਕਰਾ ਹੋ ਗਿਆ ਨਾ ਜੀ। ਹੁਣ ਤੁਸੀਂ ਵੇਖੋ ਦੇ ਮਨ 'ਚ ਖਿਆਲ ਆਇਆ ਕਿ ਹੱਥ ਮੇਰੇ ਅੱਟ ਨਾਲ ਲਿਬੜੇ ਹੋਏ ਨੇ, ਗੁਰੂ ਨੂੰ ਮੱਥਾ ਵੀ ਟੇਕਣਾ, ਅਤੇ ਜੇ ਹੱਥ ਥੱਲੇ ਲਾਵਾਂਗਾ ਤਾਂ ਫਿਰ ਇੱਧਰ ਲੰਗਰ ਬਣਾਉਣਾ, ਅਤੇ ਹੁਣ ਜੇ ਗੁਰੂ ਨੂੰ ਮੱਥਾ ਨਹੀਂ ਟੇਕਦਾ ਤਾਂ ਵੀ ਗੱਲ ਠੀਕ ਨਹੀਂ ਹੈ, ਕਿਉਂਕਿ ਮੈਂ ਤਾਂ ਪਹਿਲਾਂ ਹੀ ਐਸਾ ਕੰਮ ਕਰੀ ਬੈਠਾ। ਚਲੋ, ਜਦੋਂ ਸਤਿਗੁਰ ਨੇੜੇ ਆਏ ਨਾ ਤਾਂ ਮਾਲਕ ਨੇ ਆਪ ਹੀ ਮੱਤ ਦਿੱਤੀ, ਇਹਨੇ ਆਪਣੇ ਦੋਵੇਂ ਹੱਥ ਪਿੱਠ ਪਿੱਛੇ ਰੱਖ ਕੇ ਸਤਿਗੁਰੂ ਜੀ ਨੂੰ ਮੱਥਾ ਟੇਕਤਾ, ਅਤੇ ਸਤਿਗੁਰੂ ਜੀ ਨੇ ਮੋਢਿਆਂ ਤੋਂ ਫੜ ਕੇ ਉਹਨੂੰ ਗਲ ਦੇ ਨਾਲ ਲਾ ਲਿਆ ਔਰ ਕਿਹਾ ਭਾਈ ਤੂੰ ਬਖਸ਼ਿਆ ਗਿਆ, ਹੁਣ ਤੂੰ ਇੱਕ ਕੰਮ ਕਰ, ਕਹਿੰਦਾ ਮਾਲਕ ਹੁਕਮ ਕਰੋ ਜਿਹੜਾ ਕਹੋਗੇ ਕਰਾਂਗਾ। ਪਾਤਸ਼ਾਹ ਕਹਿੰਦੇ ਆਪਣੇ ਇਲਾਕੇ 'ਚ ਜਾ ਕੇ ਗੁਰਬਾਣੀ ਦਾ ਪ੍ਰਚਾਰ ਕਰ, ਹੁਣ ਤੂੰ ਇਹ ਕੰਮ ਕਰਨਾ। ਦੂਸਰਾ ਜਿਹੜਾ ਗੰਗਾ ਰਾਮ ਸੀ ਉਹ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਦਾ ਸਿੱਖ ਹੈ, ਹੈ ਤਾਂ ਵੀ ਬ੍ਰਾਹਮਣ ਹੀ ਆ ਪਰ ਇਹ ਵਪਾਰੀ ਹੈ। ਹੁਣ ਇਹਨੇ ਕੀ ਕੀਤਾ, 500 ਮਣ ਬਾਜਰਾ ਲੱਦਿਆ ਗੱਡਿਆਂ 'ਤੇ,
ਅੰਮ੍ਰਿਤਸਰ ਨੂੰ ਚੱਲ ਪਿਆ, ਕਿਉਂਕਿ ਪਤਾ ਲੱਗਿਆ ਵੀ ਨਵਾਂ ਨਗਰ ਵਸ ਰਿਹਾ ਤੇ ਨਵੇਂ ਨਗਰ ਨੇ ਜਦੋਂ ਵਸਣਾ ਹੈ, ਜਿਹੜਾ ਤੁਸੀਂ ਉੱਥੇ ਕਾਰੋਬਾਰ ਖੋਲੋਗੇ ਤੁਹਾਡਾ ਕਾਰੋਬਾਰ ਚੱਲ ਜਾਏਗਾ, ਕਿਉਂਕਿ ਨਵੇਂ ਨਗਰ ਦੇ ਅੰਦਰ ਹਰ ਵਿਅਕਤੀ ਨੂੰ ਹਰ ਚੀਜ਼ ਦੀ ਲੋੜ ਰਹਿੰਦੀ ਰਹਿੰਦੀ ਹੈ। ਹੁਣ ਜਦੋਂ ਅੰਮ੍ਰਿਤਸਰ ਪਹੁੰਚਿਆ ਨਾ, ਆਪਣੇ ਗੱਡੇ ਲਾਏ ਇੱਕ ਪਾਸੇ ਤੇ ਕਹਿੰਦਾ ਵੀ ਹੁਣ ਅੰਮ੍ਰਿਤਸਰ ਆਏ ਹਾਂ, ਜਿਵੇਂ ਸਾਡੇ ਲੋਕ ਵੀ ਕਰਦੇ ਆ ਨਾ ਵੀ ਅੰਮ੍ਰਿਤਸਰ ਆਏ ਤੇ ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕ ਵੀ ਬਾਕੀ ਕੰਮ ਫੇਰ ਕਰ ਲਾਂਗੇ। ਸਤਿਗੁਰੂ ਜੀ ਦੇ ਦੀਦਾਰ ਕਰਨ ਆ ਗਿਆ ਤੇ ਜਦੋਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਇਆ ਨਾ ਜੀ, ਮੱਥਾ ਟੇਕ ਕੇ ਬੈਠ ਗਿਆ। ਸੁਣ ਲੈਂਦੇ ਹਾਂ ਗੁਰੂ ਨੂੰ, ਸਾਡੀ ਤਰ੍ਹਾਂ ਕਾਹਲੀ 'ਚ ਨਹੀਂ ਆਉਂਦੇ ਉੱਥੇ ਖਿਆਲ ਰੱਖਣ, ਅਸੀਂ ਕਾਹਲੀ 'ਚ ਆਉਂਦੇ ਵੀ ਦਵਾ ਮੈਂ ਹੁਣੇ ਵਸ ਗਿਆ, ਮੱਥਾ ਟੇਕ ਕੇ ਆਇਆ, ਤੁਸੀਂ ਨਾਸ਼ਤਾ ਤਿਆਰ ਕਰੋ, ਇਹਨਾਂ ਨੂੰ ਤਾਂ ਮੈਂ ਆ ਜਾਣਾ। ਬਸ ਅਸੀਂ ਆਏ, ਮੱਥਾ ਟੇਕਿਆ, ਗੇੜਾ ਦਿੱਤਾ, ਜਾ ਕੇ ਆਪਣਾ ਪ੍ਰਸ਼ਾਦਾ ਪਾਣੀ ਛਕਿਆ ਤੇ ਚਲੋ ਜੀ ਕੰਮ ਹੋ ਗਿਆ। ਇਹਨੇ ਗੁਰੂ ਨੂੰ ਜਦੋਂ ਸੁਣਿਆ ਬੜਾ ਪ੍ਰਭਾਵਿਤ ਹੋਇਆ ਤੇ ਕਹਿੰਦਾ ਪਾਤਸ਼ਾਹ ਜੀ, ਮੈਂ ਕਾਰੋਬਾਰ ਵਾਸਤੇ ਆਇਆ ਅੰਮ੍ਰਿਤਸਰ ਤੇ 500 ਮਣ ਬਾਜਰਾ ਲਿਆਂਦਾ ਤੇ ਇਹਨੂੰ ਵੇਚਣਾ, ਤੇ ਜਦ ਤੱਕ ਇਹ ਬਾਜਰਾ ਵਿਕਦਾ ਮੈਂ ਸਵੇਰੇ ਸ਼ਾਮ ਤੁਹਾਡੀ ਸੰਗਤ ਵੀ ਕਰ ਲਿਆ ਕਰਾਂਗਾ। ਪਾਤਸ਼ਾਹ ਕਹਿੰਦੇ ਨੇ, ਪੁਰਖਾ ਤੈਨੂੰ ਸਮਾਨ ਵੇਚਣ ਵਾਸਤੇ ਕਿਤੇ ਜਾਣ ਦੀ ਲੋੜ ਨਹੀਂ ਹੈ, ਸਤਿਗੁਰੂ ਹੁਕਮ ਕਰੋ। ਪਾਤਸ਼ਾਹ ਕਹਿੰਦੇ, 100 ਮਣ ਬਾਜਰਾ ਤੂੰ ਗੁਰੂ ਕੇ ਲੰਗਰ 'ਚ ਪਾ ਦੇ, ਅਸੀਂ ਤੈਨੂੰ ਪੈਸੇ ਦੇ ਦਿਆਂਗੇ। ਚਲੋ ਜੀ, ਇੱਕ ਵਾਰੀ 100 ਮਣ ਲਿਆ, ਦੂਜੀ ਵਾਰੀ ਲਿਆ, ਤੀਜੀ ਵਾਰ ਲਿਆ, ਚੌਥੀ ਵਾਰ ਲਿਆ, ਪੰਜਵੀਂ ਵਾਰ ਲਿਆ, ਸਾਰਾ ਦਾ ਸਾਰਾ ਜਿਹੜਾ ਉਹਦਾ ਬਾਜਰਾ ਸੀ ਨਾ 500 ਮਣ ਪੱਕਾ, ਉਹ ਗੁਰੂ ਕੇ ਲੰਗਰਾਂ ਵਿੱਚ ਬਣ ਗਏ। ਸੰਗਤਾਂ ਸ਼ੱਕ ਨਹੀਂ ਕਿ ਪਾਤਸ਼ਾਹ ਕਹਿੰਦੇ ਵੀ ਵਿਸਾਖੀ ਤੇ ਸਿੱਖ ਆਉਣਗੇ, ਭੇਟਾ ਦਸਵੰਧ ਆਏਗਾ, ਤੈਨੂੰ ਮਾਇਆ ਦੇ ਦਿਆਂਗੇ, ਤੂੰ ਜਦ ਤੱਕ ਫਿਰ ਹੈ ਨਾਮ ਬਾਣੀ ਨਾਲ ਜੋੜ। ਹੁਣ ਤੁਸੀਂ ਵੇਖੋ ਇਹਨਾਂ ਗੁਰੂ ਕੀ ਸੰਗਤ ਕਰਦਾ 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 ਗੁਰੂ ਕੀ ਬਾਣੀ ਦਾ ਉਪਦੇਸ਼ ਦਾ ਇਹਦੇ 'ਤੇ ਇੰਨਾ ਪ੍ਰਭਾਵ ਪਿਆ, ਅੱਜ ਪਾਤਸ਼ਾਹ ਜੀ ਨੇ ਸੱਦਿਆ ਵੀ ਗੰਗਾ ਰਾਮ ਆਪਣੇ ਪੈਸੇ ਲੈ ਲਏ, ਕਹਿੰਦਾ ਮਾਲਕ ਬਸ ਮੈਂ ਕੁਛ ਨਹੀਂ ਲੈਣਾ। ਸਤਿਗੁਰੂ ਕਹਿੰਦੇ, ਇਹ ਕਿਹੜਾ ਤਰੀਕਾ ਵੀ ਕੁਝ ਨਹੀਂ ਲੈਣਾ, ਜਦੋਂ ਕਿ ਸਾਡੀ ਗੱਲਬਾਤ ਹੋਈ ਸੀ ਵੀ ਸੰਗਤ ਆਏਗੀ ਤੈਨੂੰ ਪੈਸਾ ਮੋੜ ਦੇਵਾਂਗੇ ਤੇ ਤੂੰ ਪੈਸਾ ਲੈ। ਕਹਿੰਦਾ ਪਾਤਸ਼ਾਹ ਜੀ ਤਰੁੱਠੇ ਹੋ ਨਾ, ਅਸਲੀ ਧਨ ਦੇ ਦਿਓ, ਇਹ ਤਾਂ ਮੈਂ ਫਿਰ ਕਿਤੇ ਵੀ ਕਮਾ ਲਾਂਗਾ, ਅਸਲੀ ਧਨ ਦੇ ਦਿਓ। ਔਰ ਉਸ ਧਨ ਦੇ ਬਾਰੇ ਮੈਨੂੰ ਤੁਹਾਡੀ ਸੰਗਤ 'ਚ ਬੈਠ ਕੇ ਪਤਾ ਲੱਗਿਆ, ਉਹ ਹੈ ਨਾਮ ਧਨ। ਇਹ ਦੂਸਰਾ ਗੰਗਾ ਰਾਮ ਸੀ। ਇੱਕ ਗੰਗਾ ਰਾਮ ਹੋਰ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਵੇਲੇ ਦਾ। ਇਹ ਸਤਿਗੁਰ ਦੀ ਭੂਆ ਦਾ ਪੁੱਤਰ ਹੈ, ਸਤਿਗੁਰ ਦਾ ਭਰਾ ਹੈ। ਇਹਨੇ ਭੰਗਾਣੀ ਦੇ ਯੁੱਧ ਵਿੱਚ ਸ਼ਹੀਦੀ ਦੇ ਕੇ ਆਪਣਾ ਜੀਵਨ ਸਫਲਾ ਕੀਤਾ। ਔਰ ਇੱਕ ਗੰਗੂ ਬ੍ਰਾਹਮਣ ਦੇ ਬਾਰੇ ਤੇ ਆਪਾਂ ਨੇ ਸਾਰਿਆਂ ਨੇ ਸੁਣਿਆ ਹੀ ਹੈ। ਇੱਕ ਅੱਧਾ ਹੋਰ ਰਹਿ ਗਿਆ, ਕਦੇ ਖੋਜ ਕਰਕੇ ਉਹ ਵੀ ਲੱਭਾਂਗੇ।